بیشتر ہم ساکیں جو پاوے Bye.
जो पावे
ਸੋਗਮਈ ਸਮਾਰੋਹ ਵਿੱਚ ਆਪਾਂ ਰਲ ਮਿਲ ਕੇ ਹਾਜ਼ਰੀ ਭਰੀਏ। ਮੇਰੇ ਬਾਬਾ ਜੀ ਸਿਰ 'ਤੇ ਮੇਰਾ ਭਰਿਆ ਹੱਥ ਰੱਖ ਕੇ ਆਪ ਸੱਚੇ ਪਾਤਸ਼ਾਹ ਆਪਣੀ ਸਿਫਤ ਕਰਵਾ ਲੈਣ। ਸ਼ਬਦ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਜੁੜ ਮਿਲ ਕੇ ਬੈਠੇ ਹਾਂ, ਗੁਰਫਤਿਹ ਦੀ ਸਾਂਝ ਕਰੀਏ। ਸਾਰੇ ਮਾਈ ਭਾਈ ਆਪਣੀ ਆਪਣੀ ਰਸਨਾ ਨੂੰ ਕਰੋ ਪਵਿੱਤਰ, ਰੱਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਬੇਨਤੀ ਹੈ ਮੇਰੀਆਂ ਬਹੁਤ ਸਤਿਕਾਰਯੋਗ ਭੈਣਾਂ ਨੂੰ ਕਿ ਭੈਣੋ, ਠੀਕ ਹੈ ਅਕਹਿ ਦੁੱਖ ਦੇ ਵਿੱਚ ਆਪਾਂ ਬੈਠੇ ਹਾਂ, ਪਰ ਗੁਰੂ ਬਾਬਾ ਜੀ ਦੇ ਅੱਗੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ, ਇਸ ਅਕਹਿ ਦੁੱਖ ਦਾ ਸਾਹਮਣਾ ਕਰਨ ਦਾ ਬਲ ਪਰਿਵਾਰ ਨੂੰ ਬਖਸ਼ਿਓ, ਗੁਰੂ ਕੀ ਸੰਗਤ ਨੂੰ ਬਖਸ਼ਿਓ। ਕਿਰਪਾ ਕਰਿਓ ਮਹਾਰਾਜ, ਜਿੰਨਾ ਵੀ ਸਤ ਸੰਗਤ ਦੀ ਘੜੀ ਦਾ ਆਪਾਂ ਲਾਹਾ ਲੈਣਾ, ਮਨ ਬਿਰਤੀਆਂ ਨੂੰ ਇਕਾਗਰ ਕਰਕੇ ਕਿਸੇ ਵੀ ਬੀਬੀ ਭੈਣ ਨੇ ਰੋਣਾ ਨਹੀਂ, ਗੱਲਾਂ ਨਹੀਂ ਕਰਨੀਆਂ, ਬੜੀ ਇਕਾਗਰਤਾ ਦੇ ਨਾਲ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰੀਏ। ਆਓ ਬਖਸ਼ ਅਸੀਸ ਕਰੋ ਕਿਰਪਾ। ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾ ਰਹੇ ਨੇ ਅਤੇ ਪ੍ਰੇਮ ਦੇ ਨਾਲ ਗੁਰੂ ਬਾਣੀ ਦੁਆਰਾ ਸਮਝਣ ਦਾ ਯਤਨ ਕਰੀਏ। ਸਾਰੀ ਸੰਗਤ ਬਖਸ਼ੋ ਇਕਾਗਰਤਾ ਕਰੋ ਜੀ ਕਿਰਪਾ। ਜੋਤੀ ਜੋਤ ਰਣੀ ਸੰਪੂਰਨ ਥਿਆਰਾ, ਜੋਤੀ ਜੋਤ ਰਣੀ ਸੰਪੂਰਨ ਥਿਆਰਾ, ਜੋਤੀ ਜੋਤ ਰਣੀ ਸੰਪੂਰਨ ਥਿਆਰਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ, ਜੋਤੀ ਜੋਤ ਇੱਕ ਕਵਿਤਾ ਹੈ।
ਪਰ ਇਸ ਖੇਲ ਦੀ ਸਮਝ ਉਹਨਾਂ ਨੂੰ ਪੈਂਦੀ ਹੈ। ਬਾਬਾ ਜੀ ਕਹਿੰਦੇ ਜਿਨ੍ਹਾਂ ਨੇ ਨਾਮ ਦਾ ਰਸ ਗਵਾਨ, ਕਹਿੰਦੇ ਇਉਂ ਕਰ ਵੀ ਇਹ ਜਲ ਜਿੱਥੋਂ ਲੈ ਕੇ ਆਏ ਉੱਥੇ ਜਾ ਕੇ ਡੋੜੇ, ਜਲ ਦੇ ਵਿੱਚ ਜਲ ਡੋੜ ਆਇਆ। ਕਹਿੰਦਾ ਜੀ ਹੁਣ ਭਗਵਾਨ ਕ੍ਰਿਸ਼ਨ ਕਹਿੰਦੇ ਹੁਣ ਇਉਂ ਕਰ ਵੀ ਕੋਈ ਜਲ ਲੈ ਕੇ ਆ ਜਿਹੜਾ ਜਲ ਡੋੜ ਕੇ ਆਏ। ਯਾਦ ਰੱਖੀ ਜਲ ਕੋਈ ਹੋਣਾ ਚਾਹੀਦਾ, ਇਉਂ ਵੀ ਕਦੀ ਹੋਏ ਤੇ ਭਗਵਾਨ ਕ੍ਰਿਸ਼ਨ ਕਹਿੰਦੇ ਹਾਂ ਅਰਜਨ ਇਹੀ ਤੈਨੂੰ ਸਮਝਾਉਣਾ ਸੀ ਕਿ ਛੋਟੇ ਜਿਹੇ ਤਲਾਬ ਦੇ ਵਿੱਚੋਂ ਇੱਕ ਜਲ ਦਾ ਲੋਟਾ ਤੂੰ ਅਲਗ ਨਹੀਂ ਕਰ ਸਕਦਾ, ਤੇ ਜਿਹੜੀ ਜੋਤ ਐਡੇ ਵੱਡੇ ਪਰਮਾਤਮਾ ਸਾਗਰ ਵਿੱਚ ਮਿਲ ਗਈ ਮੈਂ ਉਹਨੂੰ ਕਿਵੇਂ ਜੁਦਾ ਕਰ ਸਕਦਾ, ਅਰਥਾਤ ਨਹੀਂ ਹੋ ਸਕਦੀ ਜੁਦਾ ਹਰ ਰਸ ਜਿਨ੍ਹਾਂ ਨੇ ਨਾਮ ਦਾ ਰਸ ਪੀਤਾ ਹੋਵੇ। ਬਈ ਜਾਣਾ ਤੇ ਸਭ ਨੇ ਵਾਰੀ ਆਪੋ ਆਪਣੀ ਕੋਏ ਨਾ ਉਦਰਾਂ ਆਪਣੇ ਮਨਾਂ ਨੂੰ ਧੀਰਜ ਦੇਈਏ। ਕੱਜ ਗਏ ਘਰ ਬਾਰ ਜੋਗੀ ਜੋ ਕੀ ਕਰ ਗਏ ਹਰ ਬਾਰ।
ਕੰਨਾਂ ਵਿੱਚ ਪਾਉਣ ਦਾ ਕੀ ਫਾਇਦਾ ਹੋਇਆ। ਸਤਿਗੁਰਾਂ ਨੇ ਸ੍ਰੀ ਜਪਜੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ, ਕਹਿੰਦੇ ਸਿੱਧੋ ਸੁਣੋ, ਮੈਂ ਸੰਤੋਖ ਦੀਆਂ ਮੁੰਦਰਾਂ ਪਾਈਆਂ। ਮੁੰਦਾ ਸੰਤੋਖ ਤੇ ਵਿਕਾਰਾਂ ਵੱਲੋਂ ਸ਼ਰਮ ਕਰਨੀ, ਇਹ ਮੈਂ ਝੋਲੀ ਪਾਈ ਹੋਈ ਹੈ। ਸ਼ਰਮ ਪੱਤ ਝੋਲੀ ਡਾਟੇ ਦੇ ਨਾਲ ਧਿਆਨ ਜੋੜੀ ਰੱਖਣਾ, ਇਹ ਮੈਂ ਪਿੰਡੇ ਤੇ ਵਿਭੂਤੀ ਮਲੀ ਹੋਈ ਹੈ। ਧਿਆਨ ਕੀ ਕਰੇ ਤੇ ਹਿੰਸਾ ਇਹ ਮਾਇਆ ਕਾਲ ਦੇ ਵਸ ਕਰ ਰੱਖੀ ਹੈ। ਰੱਬ ਦੀ ਸਰੀਰ ਤੁਹਾਡੇ ਜਦੋਂ ਮਰਜ਼ੀ ਲੈ ਜਾਓ, ਕੋਈ ਸ਼ੁਕਰਾ ਨਹੀਂ, ਕੋਈ ਤਰਕ ਨਹੀਂ। ਹਿੰਸਾ ਕਾਲ ਕੁਆਰੀ ਕਾਇਆ ਤੇ ਜੁਗਤੀ ਦਾ ਮੋਢੇ ਤੇ ਡੰਡਾ ਰੱਖਿਆ ਹੋਇਆ। ਜੁਗਤ ਜਦੋਂ ਵਕਤ ਦੇ ਸਿੱਧਾ ਗੁਰੂ ਨਾਨਕ ਦੇ ਅੰਤਰੀਮ ਦਿਨਾਂ ਦੇ ਬਾਰੇ ਦੱਸਿਆ, ਗੁਰੂ ਨਾਨਕ ਨੂੰ ਨਮਸਕਾਰ ਕਰਨ ਲੱਗਾ। ਅਜਿਹੀਆਂ ਘਟਨਾਵਾਂ ਜਦੋਂ
ਸੱਚਨ ਚੇਤ ਵਾਪਰ ਜਾਂਦੀਆਂ ਨੇ ਫਿਰ ਡਾਢੇ ਅੱਗੇ ਸਿਰ ਝੁਕਾਉਣਾ ਪੈਂਦਾ। ਬਾਬਾ ਫਰੀਦ ਜੀ ਮਹਾਰਾਜ ਕਿਰਪਾ ਕਰਦੇ ਨੇ, ਕਹਿੰਦੇ ਜੋ ਮਨ ਚਿੱਤ ਨਾ ਚੇਤੇ ਸਨ ਸੋ ਗੱਲ ਹੀ ਰੱਬ ਦੀ। ਕਿਸੇ ਨੂੰ ਚਿੱਤ ਚੇਤੇ ਸੀ ਕਿ ਸਾਡੇ ਵੀਰ ਜੀ ਗੁਰਪ੍ਰੀਤ ਸਿੰਘ ਜੀ ਚਲੇ ਜਾਣ, ਪਤਾ ਨਹੀਂ ਕਿਹੜੇ ਕੰਮ ਗਏ, ਪਰ ਜੋ ਡਾਢੇ ਨੂੰ ਮਨਜ਼ੂਰ ਹੈ ਕੋਈ ਕੁਝ ਵਾਪਰਦਾ ਹੈ। ਆਓ ਬਾਬਾ ਫਰੀਦ ਜੀ ਸਮਝਾ ਰਹੇ ਨੇ ਪਵਿੱਤਰ ਬਾਣੀ। ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਜੋਹਰੀ ਚੱਲੇ ਪਾ
ਗੁਰਮੁਖ ਜਦੋਂ ਮੌਤ ਆਉਂਦੀ ਹੈ ਨਾ ਇਹ ਸਭ ਦਰਵਾਜ਼ੇ ਭੰਨ ਕੇ ਆ ਜਾਂਦੀ ਹੈ। ਬਾਬਾ ਜੀ ਕਹਿੰਦੇ ਆਪਣੀ ਸਿਆਣਪ ਦੇ ਨਾਲ ਆਪਣੇ ਧਨ ਦੇ ਮਾਣ ਤੇ ਇਸਦੇ ਹਰ ਦਰਵਾਜ਼ਾ ਤੋੜ ਕੇ ਆ ਜਾਂਦੀ ਹੈ। ਮਲਕਲ ਮੌਤ ਜਾਣ ਆਵਸੀ ਸਭ ਦਰਵਾਜ਼ੇ ਭੰਨ। ਦੇਖੋ ਨਾ ਕਈ ਦਫ਼ਾ ਸਾਡਾ ਮਰੀਜ਼ ਹੋਸਪਿਟਲ ਹੋਵੇ, ਅਸੀਂ ਡਾਕਟਰਾਂ ਨੂੰ ਕਹਿ ਦਿੰਦੇ ਹਾਂ ਡਾਕਟਰ ਸਾਹਿਬ ਸਾਡਾ ਜੀ ਬਚਣਾ ਚਾਹੀਦਾ, ਚਾਹੇ ਪੈਸਾ ਜਿੰਨਾ ਮਰਜ਼ੀ ਲੱਗ ਜਾਵੇ, ਪਰ ਜੇ ਦਾਦੇ ਤੋਂ ਮਨਜ਼ੂਰ ਨਾ ਹੋਵੇ, ਉਹਦੀ ਜ਼ਿੰਦਗੀ ਨਾ ਲੰਬੀ ਹੋਵੇ ਤੇ ਪਿਆਰੋ ਕਈ ਦਫ਼ਾ ਧਨ ਦੀਆਂ ਪੰਡਾਂ ਸਰਾਣੇ ਭਰੀਆਂ ਰਹਿ ਜਾਂਦੀਆਂ, ਕਿਉਂਕਿ ਮੌਤ ਹਰ ਦਰਵਾਜ਼ਾ ਭੰਨ ਕੇ ਆ ਜਾਂਦੀ। ਪਰ ਗੁਰਮੁਖੋ ਅਸੀਂ ਮਾਲਕ ਦੇ ਭਾਣੇ ਵਿੱਚ ਰਹਿਣਾ, ਜਿਸ ਮਾਲਕ ਦੇ ਅੱਗੇ ਕੋਈ ਬਾਲੀ ਨਹੀਂ ਚੱਲਦਾ ਉਹਦੇ ਅੱਗੇ ਨਮਸਕਾਰ ਕੀਤੀ ਭਰੀ ਹੈ, ਉਹਦੇ ਭਾਣੇ ਵਿੱਚ ਰਹਿਣਾ ਹੀ ਸਾਡੇ ਲਈ ਭਲਾ ਹੈ। ਭਾਈ ਭਿਖਾਰੀ ਜੀ ਹੋਏ ਨੇ ਸਿੱਖ ਇਤਿਹਾਸ, ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜਨੀਵ ਮਾਲਕ ਦੇ ਭਾਣੇ ਵਿੱਚ ਰਹਿੰਦਾ ਹੋਵੇ, ਭਾਣੇ ਵਿੱਚ ਰਹਿੰਦੇ ਨੇ, ਕਹਿੰਦਾ ਜੀ ਮੈਂ ਦਰਸ਼ਨ ਕਰਨੇ ਚਾਹੁੰਦਾ। ਮਹਾਰਾਜ ਕਹਿੰਦੇ ਕਿਉਂ ਕਰ ਫਿਰ ਗੁਜਰਾਤ ਦੇ ਵਿੱਚ ਬੈਠੇ, ਸਾਡਾ ਬੜਾ ਪਿਆਰਾ ਸਿੱਖ ਮੰਜ਼ਲਾਂ ਨੂੰ ਤੈਅ ਕਰਕੇ ਭਾਈ ਗੁਰਮੁਖ ਸਿੱਖ ਪਹੁੰਚਾ ਗੁਜਰਾਤ ਦੀ ਧਰਤੀ 'ਤੇ। ਪੁੱਛ ਕੇ ਘਰ ਜਦੋਂ ਭਾਈ ਭਿਖਾਰੀ ਦੇ ਘਰ ਗਿਆ ਨਾ ਤੇ ਪਿਆਰੇ ਉਹ ਰੌਣਕਾਂ ਲੱਗੀਆਂ ਹੋਈਆਂ ਨੇ, ਭਗਵਾਨ ਪਿਆਰਿਆ ਭਾਈ ਆਪਾਂ ਸਾਰੇ ਕੁਝ ਨਹੀਂ ਕਰ ਸਕਦੇ। ਮੇਰੇ ਵਾਹਿਗੁਰੂ ਦਾ ਭਾਣਾ ਹੈ ਤੇ ਇਸ ਭਾਣੇ ਨੂੰ ਮੰਨਣਾ ਪੈਣਾ। ਬਾਬਾ ਜੀ ਕਹਿੰਦੇ ਭਾਵੇਂ ਤੇ ਖਿੜੇ ਮੱਥੇ ਮੰਨ ਲਏ ਤੇ ਭਾਵੇਂ ਰੋ ਕਰਲਾ ਕੇ, ਪਰ ਚੰਗਾ ਹੋਵੇ ਤੂੰ ਖਿੜੇ ਮੱਥੇ ਗੁਰੂ ਦੇ ਭਾਣੇ ਨੂੰ ਮੰਨ ਲੈਣਾ।
ਦੇਖੋ ਸੱਚੇ ਪਾਤਸ਼ਾਹ ਨੇ ਜੇ ਭਾਣਾ ਮੰਨਣ ਵਾਸਤੇ ਸਾਨੂੰ ਕਿਹਾ ਹੈ ਨਾ ਤੇ ਉਹਨਾਂ ਪਹਿਲੋਂ ਭਾਣਾ ਮੰਨ ਕੇ ਦਿਖਾਇਆ ਜੋ ਬਾਣੀ ਦੇ ਵਿੱਚ ਲਿਖਿਆ ਹੈ ਕਦੇ ਸਾਈਂ ਮੀਆਂ ਮੀਰ ਨੇ ਪੁੱਛਿਆ ਸੀ ਗੁਰੂ ਅਰਜਨ ਸਾਹਿਬਾਂ ਤੋਂ ਕਿ ਸਤਿਗੁਰੂ ਇਸ ਪੰਕਤੀ ਦੇ ਅਰਥ ਕੀ ਨੇ ਵੀ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਮਹਾਰਾਜ ਕਹਿੰਦੇ ਸਮਾਂ ਆਏਗਾ ਸਾਈਂ ਜੀ ਤੁਹਾਨੂੰ ਜ਼ਰੂਰ ਦੱਸਾਂਗੇ ਸਮਾਂ ਆਇਆ ਲਾਹੌਰ ਸਤਿਗੁਰੂ ਜੀ ਜਦੋਂ ਤੱਤੀ ਤਵੀ 'ਤੇ ਬੈਠੇ ਉਬਲਦੀ ਹੋਈ ਦੇਗ ਦੇ ਵਿੱਚ ਸਤਿਗੁਰਾਂ ਦੇ ਸਰੀਰ ਨੂੰ ਉਬਾਲਿਆ ਗਿਆ ਗਰਮ ਰੇਤ ਸਿਰ ਵਿੱਚ ਪਾਈ ਗਈ ਅਤੇ ਸਾਈਂ ਮੀਆਂ ਮੀਰ ਮਹਾਰਾਜ ਦੇ ਚਰਨਾਂ ਵਿੱਚ ਆਏ ਕਹਿਣ ਲੱਗੇ ਦਾਤਿਆ ਇਹ ਕੀ ਗੌਤਮ ਵਰਤਾ ਰਹੇ ਹੋ ਸੱਚੇ ਪਾਤਸ਼ਾਹ ਹੁਕਮ ਦਿਓ ਮੈਂ ਲਾਹੌਰ ਦੀ ਇੱਟ ਦੇ ਨਾਲ ਇੱਟ ਖੜਕਾ ਦਿਆਂ ਅਤੇ ਪਾਤਸ਼ਾਹ ਕਹਿੰਦੇ ਸਾਈਂ ਜੀ ਕਦੇ ਤੁਸੀਂ ਪੁੱਛਿਆ ਸੀ ਕਿ ਮਹਾਰਾਜ ਇਹਨਾਂ ਪੰਕਤੀਆਂ ਦਾ ਅਰਥ ਕੀ ਹੈ ਤਨ ਮਨ ਕਾਟ ਕਾਟ ਸਭ ਅਰਪੀ ਸਾਈਂ ਜੀ ਅੱਜ ਤੁਹਾਨੂੰ ਅਰਥ ਇਹਨਾਂ ਤੁਕਾਂ ਦੇ ਕਰਕੇ ਦੱਸੇ ਗੁਰਮੁਖੋ ਗੁਰੂਆਂ ਨੇ ਭਾਣਾ ਮੰਨ ਕੇ ਦਿਖਾਇਆ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਪੜ੍ਹੋ ਕਿਸੇ ਦੁਨੀਆ ਦੇ ਇਤਿਹਾਸ ਵਿੱਚ ਐਸਾ ਕੋਈ ਹੋਏਗਾ ਤਾਂ ਹੰਸਾਂ ਜੇ ਪਿਆਰਿਆਂ ਪੁੱਤਰਾਂ ਨੂੰ ਘੋੜੀ ਮੌਤ ਦੀ ਚੜ੍ਹਦਾ ਵੇਖਿਆ ਨਾ ਕੋਈ ਦੁਨੀਆ ਦੇ ਇਤਿਹਾਸ ਵਿੱਚ ਐਸਾ ਪਿਓ ਨਹੀਂ ਮਿਲੇਗਾ ਕਿ ਆਪਣੇ ਪੁੱਤਰਾਂ ਨੂੰ ਮੌਤ ਦੀ ਘੋੜੀ ਚੜ੍ਹਾ ਕੇ ਅਤੇ ਆਪ ਡਾਢੇ ਦਾ ਸ਼ੁਕਰ ਕਰਦਾ ਹੋਵੇ ਇਹ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਹਿੱਸੇ ਵਿੱਚ ਆਇਆ ਆਓ ਮੈਂ ਜ਼ਰੂਰ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਵਿੱਚੋਂ ਕੁਝ ਝਲਕਾਂ ਜੀ ਦੇ ਨਾਲ ਸਾਂਝੀਆਂ ਕਰਾਂਗਾ ਕਿ ਗੁਰਮੁਖੋ ਸੱਚੇ ਪਾਤਸ਼ਾਹ ਨੇ ਸਾਨੂੰ ਭਾਣਾ ਕਿਵੇਂ ਮੰਨ ਕੇ ਦਿਖਾਇਆ ਤਖਤਾਂ ਤਾਜਾਂ ਦੇ ਮਾਲਕ ਸ਼ਾਹੀ ਬਾਜਾਂ ਦੇ ਮਾਲਕ ਜਦੋਂ ਚਮਕੌਰ ਦੀ ਗੜੀ ਛੱਡੀ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ ਜਾਣ ਤੋਂ ਪਿਆਰੇ ਸਿੰਘ ਮਹਾਰਾਜ ਦੇ ਸ਼ਹੀਦ ਹੋਏ ਨੇ ਅਤੇ ਮਾਛੀਵਾੜੇ ਦੇ ਜੰਗਲਾਂ ਵਿੱਚ ਸੱਚੇ ਪਾਤਸ਼ਾਹ ਜਾਮਾ ਲੀਰੋ ਲੀਰ ਸਰੀਰ ਸਾਰਾ ਪੱਛਿਆ ਹੋਇਆ ਪਿੰਡੇ ਦੇ ਵਿੱਚੋਂ ਥਾਂ ਥਾਂ ਤੋਂ ਖੂਨ ਸਿਮਰੇ ਅਤੇ ਮਹਾਰਾਜ ਕਹਿੰਦੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਦੁੱਧ ਬਿਨ ਰੋਗ ਰਜਾਈਆਂ ਦਾ ਓੜਨ ਮਹਾਰਾਜ ਤੁਹਾਡਾ ਪਿਆਰ ਨਾ ਹਿਰਦੇ ਵਿੱਚ ਹੋਵੇ ਅਤੇ ਇਹੋ ਜਿਹੀ ਪੋਹ ਦੀ ਠੰਡ ਵਿੱਚ ਵੀ ਰਜਾਈਆਂ ਦਾ ਓੜਨਾ ਨਿਰਾ ਰੋਗਾਂ ਨੂੰ ਜਨਮ ਦੇਣਾ ਗੁਰਸਿੱਖਾ ਕਿ ਗੁਰੂਆਂ ਵੱਲ ਧਿਆਨ ਦੇ ਮੈਂ ਅਕਸਰ ਬੇਨਤੀ ਕਰਦਾ ਹੁੰਦਾ ਕਿ ਜਦੋਂ ਕਿਸੇ ਦਾ ਨੌਜਵਾਨ ਪੁੱਤ ਚੜ੍ਹਾਈ ਕਰ ਜਾਏ ਕਲਗੀ ਵਾਲੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਵੱਲ ਧਿਆਨ ਕਰ ਲਿਆ ਕਰੋ ਹੈ ਤਾਂ ਬੜਾ ਔਖਾ ਪਰ ਗੁਰਮੁਖੋ ਇਸ ਤੋਂ ਅੱਗੇ ਕੋਈ ਚਾਰਾ ਵੀ ਨਹੀਂ ਜੇ ਕਿਸੇ ਦੀ ਮਾਂ ਚੜ੍ਹਾਈ ਕਰ ਜੇ ਤੇ ਦਾਦੀ ਮਾਂ ਗੁਜਰ ਕੌਰ ਵੱਲ ਧਿਆਨ ਕਰ ਲਿਆ ਤੇ ਉੱਠ ਚੱਲ ਅੰਤ ਨੂੰ
Vahe Guru, Vahe Guru, Jana Singh
ਸਿੰਘ ਗਣੀਆਂ ਨੇ ਧਰਮ ਹੈ ਤਸੀਸ ਦਿੱਤੇ ਬੰਦ ਬੰਦ ਪਟਾਏ ਖੋਪਰੀਆਂ ਲੁਹਾਈਆਂ ਚੱਕੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਬੰਦੀਆਂ ਦੇਗਾਂ ਵਿੱਚ ਬੈਠੇ ਬੱਚਿਆਂ ਦੇ ਟੋਟੇ ਕਰਾ ਕੇ ਗਲਾਂ 'ਚ ਹਾਰ ਪਵਾਏ ਨੇਜਿਆਂ 'ਤੇ ਟੰਗਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਰਕਰ ਕੇਸਾਂ ਸਵਾਸਾਂ ਸੰਗ ਨਿਭਾਏ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਾਰ ਵਾਹਿਗੁਰੂ ਪੰਜਾਂ ਤਖਤਾਂ 'ਤੇ ਸਰਬੱਤ ਗੁਰਦੁਆਰ ਵਾਹਿਗੁਰੂ ਪ੍ਰਥਮਾਏ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਰੇ ਅਪਦੇਵ ਦੇਵ ਫਤਿਹ ਮਿਰਦ ਕੀ ਤਾਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਪਾਲੇ ਬੋਲਾ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਯੁਗ ਅਟਲ ਧਰਮ ਕਾ ਜੈਕਾਰ ਬੋਲਾ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨਿਵਾਲ ਮਾਤੇ ਕੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖੀ ਅੰਤਰ ਜਾਮੀ ਗੁਰਦੁਆਰੇ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨ੍ਹਾਂ ਦੀ ਸੇਵਾ ਸੰਭਾਲ ਖੁੱਲ੍ਹੇ ਦਰਸ਼ਨ ਦੀਦਾਰ ਖਾਲਸਾ ਜੀ ਨੂੰ ਬਖਸ਼ੋ ਕਿ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸਾਂ ਪਾਤਸ਼ਾਹੀਆਂ ਜੀ ਕੀ ਗਿਆਗ ਦੀ ਜੋਤ ਹਾਜਰਾ ਹਜੂਰ ਜਾਹਰਾ ਜਾਹੂਰ ਸਰਬ ਕਲਾ ਭਰਪੂਰ ਨਾਮ ਬਾਣੀ ਕੇ ਬੋਹੇ ਚ ਕਲ ਯੁਗ ਕੇ ਜਹਾਜ ਹਲਤ ਪਲਤ ਕੇ ਰੱਖਿਅਕ ਲੋਕ ਪਰਲੋਕ ਕੇ ਸਹਾਇਕ ਹਾਜ ਨਾਜ ਗੁਰ ਤਾਂ ਗੱਦੀ 'ਤੇ ਬਿਰਾਜਮਾਨ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਆਪ ਜੀ ਕੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਸਮੂਹ ਸਾਧ ਸੰਗਤ ਜੀ ਕੀ ਅਰਦਾਸ ਬੇਨਤੀ ਹੈ ਜੀ ਆਪ ਜੀ ਕੇ ਪਾਵਨ ਪਵਿੱਤਰ ਮਹਾਂਵਾਕਿਆ ਅਨੁਸਾਰ ਸਤਿਗੁਰੂ ਜੀ ਲੇਖ ਨਾ ਮਿਟਾਈ ਹੇ ਸਖੀ ਜੋ ਲਿਖਿਆ ਕਰਤਾਰ ਦੇ ਭਾਣੇ ਅਨੁਸਾਰ ਸਤਿਗੁਰੂ ਜੀ ਆਪ ਜੀ ਕੇ ਦਰ ਘਰ ਦੇ ਪ੍ਰੀਤਵਾਨ ਸਿੰਘ ਸਵਰਗ ਵਾਸੀ ਭਾਈ ਗੁਰਪ੍ਰੀਤ ਸਿੰਘ ਜੀ ਸਤਿਗੁਰੂ ਜੀ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਚਲੇ ਗਏ ਮਹਾਰਾਜ ਉਹਨਾਂ ਦੇ ਜਾਣ ਤੋਂ ਉਪਰੰਤ ਸਤਿਗੁਰੂ ਜੀ ਸਮੂਹ ਪਰਿਵਾਰ ਸਮੂਹ ਸੰਗਤ ਵੱਲੋਂ ਮਿਲ ਕਰਕੇ ਪਾਤਸ਼ਾਹ ਜੀ ਭਾਈ ਗੁਰਪ੍ਰੀਤ ਸਿੰਘ ਜੀ ਦੇ ਨਿਮਿਤ ਸਤਿਗੁਰੂ ਜੀ ਖੁੱਲ੍ਹੇ ਪੰਡਾਲ ਵਿੱਚ ਆਪ ਜੀ ਦੇ ਹੁਕਮ ਅਨੁਸਾਰ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾਂ ਦੇ ਪਵਿੱਤਰ ਮਹਾਂਵਾਕੀ ਅਨੁਸਾਰ ਵਿਛੜੀ ਰੂਹ ਦੇ ਨਿਮਿਤ ਸਤਿਗੁਰੂ ਜੀ ਆਪ ਜੀ ਕੇ ਸਾਜਿਆਂ ਨਿਵਾਜਿਆਂ ਵੱਲੋਂ ਅੰਮ੍ਰਿਤਮਈ ਗੁਰਬਾਣੀ ਦੇ ਵੈਰਾਗਮਈ ਕੀਰਤਨ ਕਥਾ ਵਿਚਾਰ ਗੁਰਮੁਖ ਵਿਚਾਰਾਂ ਹੋਈਆਂ ਨੇ ਪਾਤਸ਼ਾਹ ਪੜ੍ਹੀ ਸੁਣੀ ਬਾਣੀ ਗਾਇਨ ਕੀਤੀ ਗਈ ਬਾਣੀ ਦਾ ਭਾਵ ਅਰਥ ਸਤਿਗੁਰੂ ਜੀ ਮਹਾਤਮ ਵਿਛੜੀ ਰੂਹ ਨੂੰ ਬਖਸ਼ਿਸ਼ ਕਰਨਾ ਪਾਤਸ਼ਾਹ ਟੇਢੀਆਂ ਜੋਨਾਂ ਤੋਂ ਰਹਿਤ ਕਰਨਾ ਪਿਛੋ ਜੀ
ਵਿਛੜੀ ਰੂਹ ਨੂੰ ਕਿਹੜੀਆਂ ਜੋਨਾਂ ਤੋਂ ਰਹਿਤ ਕਰਨਾ ਦਰਗਾਹ ਦੇ ਵਿੱਚ ਪੜਦੇ ਟੱਕਣੇ ਲਾਜ ਰੱਖਣ ਸਤਿਗੁਰੂ ਜੀ ਮਹਾਰਾਜ ਆਪ ਜੀ ਦੇ ਭਾਣੇ ਅਨੁਸਾਰ ਵਿਛੜੀ ਰੂਹ ਦੇ ਨਿਮਿਤ ਪਾਤਸ਼ਾਹ ਜੀ ਅੰਤਮ ਅਰਦਾਸ ਦੇ ਸੰਬੰਧ ਵਿੱਚ ਆਪ ਜੀ ਕੇ ਹੁਕਮ ਅਨੁਸਾਰ ਸਤਿਗੁਰੂ ਜੀ ਕੜਾਹ ਪ੍ਰਸ਼ਾਦੀ ਦੇ ਸਜਾ ਕਰ ਹਾਜ਼ਰ ਕੀਤੀ ਹੈ ਜੀ ਦਰ ਪ੍ਰਵਾਨ ਹੋਇਆ ਪ੍ਰਵਾਨ ਹੋਇਆ ਪ੍ਰਸ਼ਾਦ ਸਤਿਗੁਰੂ ਜੀ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀਵ ਛੱਕੇ ਆਪ ਜੀ ਦਾ ਤਾਂ ਨਾਮ ਜਪੇ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਆਪਣੇ ਕਰਨਾ ਤਿਲ ਫੁਲ ਭੇਟਾ ਦਰ ਪ੍ਰਵਾਨ ਕਰਨੀਆਂ ਸੁੱਖ ਹੋਵੇ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੰਸ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿਸ਼ਤੇਦਾਰ ਜੋ ਅੱਜ ਗੁਰੂ ਸਾਹਿਬ ਮਹਾਰਾਜ ਕਿਰਪਾ ਕਰੇ ਉੱਚੀ ਗੰਢੀ ਜਾਵੇ ਸੰਸਾਰਿਕ ਤੌਰ 'ਤੇ ਆਪਣਾ ਪੂਰਾ ਬਲ ਵਰਤਿਆ ਗਿਆ ਪਰ ਜੋ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਭਾਉਂਦਾ ਸੀ ਉਹਦੇ ਹੁਕਮ ਵਿੱਚ ਸੀ ਅਖੀਰ 'ਤੇ ਉਹ ਸੱਚ ਹੋਇਆ ਭਾਈ ਗੁਰਪ੍ਰੀਤ ਸਿੰਘ ਜੀ ਸਾਰੇ ਪਰਿਵਾਰ ਨੂੰ ਭੈਣਾਂ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਕੇ ਚਲੇ ਗਏ ਨੌਜਵਾਨਾਂ ਦੀ ਮੌਤ ਚੜ੍ਹਦੀ ਜਵਾਨੀ ਦੇ ਅਜੇ ਕੁਝ ਵੇਖਿਆ ਨਹੀਂ ਮੌਤ ਅਜੇ ਤਾਂ ਗੁਰੂ ਨੇ ਫਲ ਲਾਏ ਅਤੇ ਉੱਡਣਾ ਸਿੱਖਿਆ ਛੋਟੀਆਂ ਛੋਟੀਆਂ ਉਡਾਰੀਆਂ ਭਰਨੀਆਂ ਸਿੱਖੀਆਂ ਕਮਾਈ ਦੇ ਵੱਲੇ ਧਿਆਨ ਕੀਤਾ ਕਮਾਈ ਕਰਨੀ ਸ਼ੁਰੂ ਕੀਤੀ ਮਾਤਾ ਪਿਤਾ ਦੇ ਆਗੇ ਅਨੁਸਾਰ ਆਪਣਾ ਕਾਰ ਲਿਆ ਸ਼ੁਰੂ ਕੀਤਾ ਥੋੜ੍ਹਾ ਹੀ ਸਮਾਂ ਮਾਲਕ ਨੇ ਦਿੱਤਾ ਸਮਾਂ ਹੈ ਹੀ ਇੰਨਾ ਸੀ ਗੁਰਮੁਖ ਦੇ ਅਨੁਸਾਰ ਉਸ ਸਮੇਂ ਵਿੱਚ ਰਹਿ ਕੇ ਉਸ ਬੱਚੇ ਨੇ ਸੰਸਾਰ ਦੇ ਵਿੱਚ ਵਿਚਰਦਿਆਂ ਹੋਏ ਚੰਗੀਆਂ ਸੁਸਾਇਟੀਆਂ ਦੇ ਨਾਲ ਚੰਗੇ ਸੱਜਣਾ ਗੁਰਮੁਖਾਂ ਦੇ ਨਾਲ ਆਪਣੇ ਸਾਂਝ ਪਰਿਵਾਰ ਦੀ ਪਾਈ ਪਰਿਵਾਰ ਨੂੰ ਬੁਲੰਦੀਆਂ 'ਤੇ ਲੈ ਕੇ ਜਾਣ ਵਾਲੇ ਗੁਰਪ੍ਰੀਤ ਸਿੰਘ ਜਿੱਥੇ ਰਿਸ਼ਤੇਦਾਰਾਂ ਦੇ ਵਿੱਚ ਸਿਆਸਤ ਦੇ ਵਿੱਚ ਸੱਜਣਾ ਮਿੱਤਰਾਂ ਦੇ ਵਿੱਚ ਹਰਮਨ ਪਿਆਰੇ ਸਨ ਉੱਥੇ ਨਗਰ ਦੇ ਵਿੱਚ ਵੀ ਚੰਗੇ ਪਿਆਰ ਦੇ ਨਾਲ ਵਿਚਰਨ ਵਾਲੇ ਇਨਸਾਨ ਸਨ ਛੋਟੀ ਉਮਰ ਉਡਾਰੀਆਂ ਵੱਡੀਆਂ ਸਾਰਿਆਂ ਦੇ ਦਿਲਾਂ ਨੂੰ ਸੱਟ ਵੱਜੀ ਭੈਣਾਂ ਭਰਾਵਾਂ ਦੇ ਰਿਸ਼ਤੇਦਾਰਾਂ ਦੇ ਸੱਜਣਾ ਮਿੱਤਰਾਂ ਦੇ ਐਸੀ ਕੋਈ ਵੀ ਅੱਖ ਨਹੀਂ ਗੁਰਮੁਖ ਜਿਹੜੀ ਅੱਜ ਤੱਕ ਦਸਵਾਂ ਹੋ ਗਿਆ ਦਸਵੇਂ ਤੱਕ ਕੋਈ ਐਸੀ ਅੱਖ ਨਹੀਂ ਜਿਹੜੀ ਨਹੀਂ ਭੀਗੀ ਜਿਹੜੀ ਅੱਖ ਦੀ ਮੱਥਰੋਂ ਨਹੀਂ ਆਏ ਬਹੁਤ ਦੁਖਦਾਈ ਅੱਜ ਦਾ ਇਹ ਇਕੱਠ ਹੈ ਪਰ ਜਿਵੇਂ ਭਾਈ ਸਾਹਿਬ ਅਸੀਂ ਆਪਾਂ ਨੂੰ ਬੇਨਤੀ ਕਰਕੇ ਗਏ ਗੁਰਮੁਖ ਦੇ ਅਨੁਸਾਰ ਉਸ ਤੋਂ ਗੁਰ ਇੱਥੋਂ ਇੰਨਾ ਪਿਆਨਾ ਹੋ ਜਾਂਦਾ ਚਲਿਆ ਜਾਂਦਾ ਮਰਨ ਲਿਖਾਏ ਮੰਡਲ ਮਹਿਆਏ ਜੀਵਨ ਸਾਜੇ ਮਾਈ ਸਤਿਗੁਰਾਂ ਦੇ ਕਾਮ ਨੂੰ ਖਵਾਕ ਨੇ ਜਦੋਂ ਜੀਵ ਆਤਮਾ ਸੰਸਾਰ ਵਿੱਚ ਆਉਂਦੀ ਹੈ ਪਰ ਲੋਕ ਤਾਂ ਇਹਨੂੰ ਸਾਰੀ ਸੋਝੀ ਹੁੰਦੀ ਆਉਣ ਲੱਗੀਆਂ ਆਪਣਾ ਲਿਖਾ ਕੇ ਆਉਂਦੀ ਕਾਮ ਬਣ ਪਰ ਜਦੋਂ ਸੰਸਾਰ ਦੀ ਮਾਇਆ ਦੇ ਵਿੱਚ ਆ ਕੇ ਜਵਾਨ ਹੋ ਜਾਂਦੀ ਹੈ ਮਹਾਰਾਜ ਕਹਿੰਦੇ ਨੇ ਸੰਸਾਰ ਦੀ ਮਾਇਆ ਧੋ ਲੈਂਦੀ ਹੈ ਅਤੇ ਫਿਰ ਇਹਨੂੰ ਆਪਣਾ ਅੰਤ ਸਮਾਂ ਭੁੱਲ ਜਾਂਦਾ ਹੈ ਕਿ ਕਿਹੜਾ ਵਾਰ ਅਤੇ ਕਿਹੜੀ ਖੇਤ ਸੀ ਕਿਹੜਾ ਸਮਾਂ ਬਣੂ ਕਿ ਮਾਲਕ ਤਿੰਨੇ ਸਮੇਂ ਬਰਾਬਰ ਦੇ ਮੇਲ ਕੇ ਹਰ ਇੱਕ ਜੀਵਾਤਮਾ ਨੂੰ ਭੇਜਦਾ ਉਸ ਹੁਕਮ ਅਨੁਸਾਰ ਸਮੇਂ ਅਨੁਸਾਰ ਭਾਈ ਗੁਰਪ੍ਰੀਤ ਸਿੰਘ ਜੀ ਸਾਨੂੰ ਸਾਰ ਸਦੀਵੀ ਵਿਛੋੜਾ ਦੇ ਕੇ ਚਲੇ ਗਏ ਗੁਰਮੁਖ ਜੋ ਸਭ ਨੂੰ ਉਹਦੇ ਜਾਣ ਤੋਂ ਉਪਰੰਤ ਬਹੁਤ ਦੁੱਖ ਸਭ ਤੋਂ ਜ਼ਿਆਦਾ ਦੁੱਖ ਮਾਤਾ ਪਿਤਾ ਹੈ
ਉਹਨਾਂ ਦੀ ਧਰਮ ਸੁਪਤਨੀ ਛੋਟੀ ਬੱਚੀ ਹੈ ਜਿਹਨੇ ਅਜੇ ਸੰਸਾਰ ਦੇ ਸੁੱਖ ਵੇਖਣ ਮਾਤਾ ਪਿਤਾ ਦੇ ਸਿਰ 'ਤੇ ਬੜੀਆਂ ਬੜੀਆਂ ਉਡਾਰੀਆਂ ਮਾਰੀਆਂ ਨੇ ਭਾਵੇਂ ਮਾਤਾ ਪਿਤਾ ਗਰੀਬ ਹੋ ਗਏ ਹਿਰਦੇ ਦੇ ਵਿੱਚ ਸੁਪਨੇ ਸੰਜੋਰੇ ਹੁੰਦੇ ਨੇ ਕਿ ਕੋਈ ਨਹੀਂ ਅੱਜ ਨੂੰ ਅਤੇ ਕੱਲ੍ਹ ਨੂੰ ਅਸੀਂ ਅਮੀਰੀ ਵਿੱਚ ਆਪਾਂ ਪਿਤਾ ਦੇ ਹੁੰਦੇ ਹਾਂ ਸੁੱਖ ਦਿੰਦੇ ਹਾਂ ਉਹਨਾਂ ਬੱਚਿਆਂ ਨੇ ਜਿਨ੍ਹਾਂ ਨੇ ਮਾਤਾ ਪਿਤਾ ਪਿਤਾ ਦਾ ਸੁਪਨਾ ਦੇਖਿਆ ਮਾਲਕ ਉਸ ਰੂਹ ਨੂੰ ਆਪਣੇ ਚਰਨਾਂ ਵਿੱਚ ਲੈ ਕੇ ਇਸ ਤੋਂ ਵੱਡਾ ਦੁੱਖ ਹੋਰ ਕੀ ਹੋ ਸਕਦਾ ਰਿਸ਼ਤੇਦਾਰਾਂ ਭੈਣਾਂ ਭਰਾਵਾਂ ਸਾਡੇ ਮਿੱਤਰਾਂ ਨੇ ਅੱਜ ਚਲੇ ਜਾਣਾ ਆਪਾਂ ਸਾਰਿਆਂ ਨੇ ਤਾਂ ਅੱਜ ਤੋਂ ਅਸਾਧ ਦੁੱਖ ਅਸਾਧ ਰੋਗ ਮਾਤਾ ਪਿਤਾ ਨੂੰ ਘਰ ਪਰਿਵਾਰ ਨੂੰ ਵੱਧ ਸੋ ਗੁਰੂ ਕੋ ਸਾਰੀ ਸੰਗਤ ਆਪਾਂ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰੀਏ ਸੱਚੇ ਪਾਤਸ਼ਾਹ ਸੰਸਾਰ ਦੇ ਵਿੱਚ ਵਿਚਰਦਿਆਂ ਜੀਵ ਆਤਮਾ ਕੋਲ ਕਈ ਭੁੱਲਾਂ ਮੁਕਤੀਆਂ ਕਿਰਪਾ ਭੁੱਲਣ ਅਭੁੱਲ ਗੁਰੂ ਕਰਤਾਰ ਸੱਚੇ ਪਾਤਸ਼ਾਹ ਸਾਡੇ ਜੀਵਾਂ ਦੇ ਅਵਗਣਾ ਪਟਾਰੇ ਚਰਨਾਂ ਵਿੱਚ ਨਿਵਾਸ ਕਰਦੇ ਹੋਈਆਂ ਭੁੱਲਾਂ ਦੀ ਕੀਮਤ ਸਾਡੇ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੇ ਜਥੇਦਾਰ ਮੀਰਾ ਕੋਟ ਸਾਹਿਬ ਜੋ ਸਪੈਸ਼ਲ ਭਾਈ ਗੁਰਪ੍ਰੀਤ ਸਿੰਘ ਜੀ ਦੇ ਸ਼ਰਧਾ ਦੇ ਸਮਾਗਮ 'ਤੇ ਪਹੁੰਚੇ ਨੇ ਉਹਨਾਂ ਨੂੰ ਬੇਨਤੀ ਕਰੀਏ ਕਿ ਦੋ ਚਾਰ ਆਪ ਜੀ ਦੀ ਜਾਣ ਵਾਲੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰੋ ਭਾਈ ਸਾਰੀ ਸੰਗਤ ਗੁਰੂ ਕੀ ਸੰਗਤ ਦਾ ਸੇਵਕ ਪਰਿਵਾਰ ਵੱਲੋਂ ਕੋਟ ਕੋਟ ਧੰਨਵਾਦ ਗੁਰੂ ਕੋ ਜਿਹੜੇ ਆਪਾਂ ਸਾਰੇ ਆਪਣੇ ਕੀਮਤੀ ਸਮੇਂ ਨੂੰ ਕੱਢ ਕੇ ਅੱਜ ਵਿਛੜੀ ਰੂਹ ਦੇ ਸੰਬੰਧ ਵਿੱਚ ਗੁਰੂ ਫਤਿਹ ਅੱਜ ਬੜਾ ਦੁੱਖਦਾਇਕ ਹੋਇਆ ਸਾਡੇ ਬੱਚਾ ਬਹੁਤ ਗਰੀਬ ਜੋ ਸਕੀਮ ਛੋੜਾ ਦੇ ਰਿਹਾ ਪੰਜਵੇਂ ਭਾਈ ਸਾਹਿਬ ਨੇ ਗੁਰਮੁਖ ਅਨੁਸਾਰ ਦੱਸਿਆ ਕਿ ਜੋ ਮਨੁੱਖ ਆਇਆ ਉਹ ਪਰਮਾਤਮਾ ਦਾ ਭਾਣਾ ਕੱਚਾ ਲੈ ਕੇ ਛੋਟੀ ਉਮਰ ਲੈ ਕੇ ਵੱਡੀ ਉਮਰ 'ਚ ਲੈ ਕੇ ਉਹਦਾ ਹੁਕਮ ਹੈ ਪਰ ਸੰਸਾਰ ਦੇ ਵਿੱਚ ਬੜਾ ਔਖਾ ਹੈ ਜਦੋਂ ਪੋਤੀ ਅਰਥ ਦੀ ਪਿਓ ਦੇ ਮੁੰਡਿਆਂ ਜਾਵੇ ਬੜਾ ਔਖਾ ਹੈ ਅਰਦਾਸ ਕਰਨਾ ਕਿ ਔਖਾ ਹੈ ਨਹੀਂ ਕਰਨਾ ਮੇਰਾ ਵੀਰ ਬਚਨ ਸਿੰਘ ਜਿਹਨੇ ਬੜੇ ਔਖੇ ਸੌਖੇ ਸਮੇਂ ਵੇਖੇ ਜੀਵਨ ਦੇ ਵਿੱਚ ਹੁਣ ਸੁੱਖ ਦਾ ਸਮਾਂ ਆਇਆ ਸਨ ਪੁੱਤਰ ਜਵਾਨ ਹੋਈ ਸੀ ਕਾਰੋਬਾਰ ਸਾਂਭਿਆ ਸਾਰਿਆਂ ਨੇ ਪਰ ਸੱਚੇ ਪਾਤਸ਼ਾਹ ਨੇ ਇੱਕ ਬੁਢਾਪੇ ਵਿੱਚ ਆ ਕੇ ਮੇਰੀ ਵੀਰ ਨੂੰ ਹੈ ਬੜਾ ਵੱਡੇ ਸਤਵਾਰੀ ਗੁਰਪ੍ਰੀਤ ਇੱਡਾ ਗਾਹ ਉਹਦੇ ਮਨ ਮਾਨ ਸੀ ਜਿੱਥੇ ਪਰਿਵਾਰ ਨੂੰ ਗਾਹ ਦਾ ਹੈ ਉੱਥੇ ਸਮਾਜ ਦੇ ਵਿੱਚ ਬੜਾ ਵਧੀਆ ਪ੍ਰੇਮ ਦੇ ਨਾਲ ਨੌਜਵਾਨ ਸੀ ਸਾਡੇ ਪਰਿਵਾਰ ਦਾ ਮੈਂਬਰ ਸੀ ਸ਼੍ਰੋਮਣੀ ਅਕਾਲੀ ਦਲ ਦੇ ਕਿਉਂਕਿ ਸਾਡੀ ਇਹ ਬੜਾ ਵੱਡਾ ਪਰਿਵਾਰ ਹੈ ਸ਼੍ਰੋਮਣੀ ਅਕਾਲੀ ਦਲ ਦਾ ਜਿਹੜੀ ਅਗਵਾਈ ਕਾਲ ਕੇਸ਼ ਪ੍ਰਤਾਪ ਸਿੰਘ ਕਰਦੇ ਉਹ ਸਾਡੇ ਪਰਿਵਾਰ ਦਾ ਮੈਨੂੰ ਅੱਜ ਬੜਾ ਬੈਠਿਆ ਬੈਠਿਆ ਯਾਦ ਆ ਰਿਹਾ ਸੀ ਕਿ ਇਹ ਪਰਿਵਾਰ ਸਾਡਾ ਖਿੰਡਰ ਜਾ ਰਿਹਾ ਉਹ ਸਮਾਂ ਪਹਿਲਾਂ ਸਾਡਾ ਵੀਰ ਸਾਹਿਬ ਮਹਿਲਾ ਸਿੰਘ ਚਲ ਗਿਆ ਫੁੱਲਰ ਸੀ ਉਹ ਚਲ ਗਏ ਅੱਜ ਨੌਜਵਾਨ ਕੱਚਾ ਸਾਡਾ ਚਲ ਗਿਆ ਸਾਡੇ ਪਰਿਵਾਰ ਨੂੰ ਬਹੁਤ ਵੱਡਾ ਬੁਰਾ ਲੱਗਿਆ ਔਰ ਮੈਂ ਸਤਿਗੁਰੂ ਦੇ ਚਰਨਾਂ 'ਚ ਜਿੱਥੇ ਆਪਾਂ ਸੰਗਤੀ ਰੂਪ ਅਰਦਾਸ ਕੀਤੀ ਹੈ ਉੱਥੇ ਮੈਂ ਅਰਦਾਸ ਕਰਾਂ ਸੱਚੇ ਪਾਤਸ਼ਾਹ ਬਖਸ਼ਿਸ਼ ਕਰੋ ਸਾਡੇ ਪਰਿਵਾਰ ਨੂੰ ਰਾਹਤ ਦਿਓ ਅੱਜ ਮੈਂ ਮੌਤਾਂ ਦਾ ਸਿਲਸਿਲਾ ਚੱਲ ਰਿਹਾ ਫਿਰ ਉਦੋਂ ਸਾਨੂੰ ਨਿਵਿਕਤ ਕਰੋ ਔਰ ਜਿੱਥੇ ਖੈਰਾ ਪਰਿਵਾਰ ਨੂੰ ਬੜਾ ਵੱਡਾ ਘਾਟਾ ਪਿਆ ਉੱਥੇ ਸ਼੍ਰੋਮਣੀ ਅਕਾਲੀ ਦਲ ਸਾਨੂੰ ਨਾ ਪੂਰਾ ਹੌਸਲਾ ਘਾਟਾ ਅੱਜ ਦੇਖੋ ਸਾਰੇ ਮੈਂ ਦੇਖ ਰਿਹਾ ਸੀ ਲਾਗੇ ਦੀਆਂ ਅਲੱਗ ਮੋਤਵਾਰ ਪੰਚਾਇਤਾਂ ਸਰਪੰਚ ਮੋਤਵਾਰ ਸੱਜਣ ਹੋਰ ਕਾਰੋਬਾਰੀ ਅੱਜ ਸਾਰੇ ਦੁੱਖ ਸ਼ਰੀਕ ਹੋਏ ਆ ਇੱਥੋਂ ਅਹਿਸਾਸ ਹੁੰਦਾ ਕਿ ਸਾਡੇ ਬੱਚੇ ਦਾ ਕਿੰਨਾ ਵੱਡਾ ਸਰਕਲ ਸੀ ਕਿੰਨਾ ਉਹਨੇ ਆਪਣਾ ਪਿਆਰ ਬਣਾਇਆ ਸੀ ਸੋ ਮੈਂ ਗਰਮੀ ਦਾ ਨੈਮ ਮੈਂ ਬਹੁਤਾ ਸਮਾਂ ਨਹੀਂ ਲਊਂਗਾ ਔਰ ਦੁੱਖ ਸ਼ਰੀਕ ਹੁੰਦਾ ਹੋਇਆ ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਬੱਚਿਆਂ ਨੂੰ ਦਰਮਿਆਨ ਨਾਲ ਬਖਸ਼ਿਓ
ਉਹਨਾਂ ਦੇ ਮਾਤਾ ਪਿਤਾ ਨੂੰ, ਉਹਨਾਂ ਦੇ ਭੈਣ ਭਰਾਵਾਂ ਨੂੰ, ਉਹਨਾਂ ਦੀ ਬੇਟੀ ਸਾਡੀ ਜਿਹੜੀ ਨੌਂ ਸਾਡੀ ਦੀ ਵਾਈਫ ਉਹਨੂੰ, ਛੋਟੀ ਜਿਹੀ ਨੰਜੀ ਮੁੰਡੀ ਸਾਡੀ ਪੁੱਤਰੀ ਆ ਜਿਹਨੇ ਅੱਜ ਬੜਾ ਮੁੱਖ ਡਾਲਾ ਪਾ ਲਈਆਂ ਸੀ। ਇਹ ਬਖਸ਼ ਕਰੋ, ਇਹ ਪਰਿਵਾਰ ਜਿਹੜਾ ਦੁੱਖ ਆ ਉਹਨੂੰ ਬਰਦਾਸ਼ਤ ਕਰ ਸਕੇ। ਔਰ ਮੈਂ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕਿਆਰਾ ਵੱਲੋਂ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਪਰਿਵਾਰ ਨੂੰ ਬਹੁਤ ਖੁਸ਼ੀ ਹੁੰਦਾ ਹੋਇਆ ਅਰਦਾਸ ਕਰ ਸੱਚੇ ਪਾਤਸ਼ਾਹ ਰੱਖਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਚੂਚੇ ਆ ਕਹਿੰਦਾ।